ਦਾ ਆਵਾਜ਼ ਸੁਣ ਕੇ ਫਰਜ਼ੰਦ ਦੇ ਰਸੂਲ ਨੇ ਫਰਮਾਇਆ ਔਰ ਆਵਣ ਦਿਓ ਜਿਹੜਾ ਆਉਂਦਾ ਪਿਆ ਆਵਣ ਦਿਓ ਉਹਨਾਂ ਰਸਤਾ ਦਿੱਤਾ ਹੈ ਅੰਦਰ ਦਾਖਲ ਹੋ ਮਾਵੀਏ ਨੇ ਆਖਿਆ ਬਈ ਹਸਨ ਮੁਜਤਬਾ ਨੇ ਤੇਰੀ ਖੁਸ਼ਾਮਦ ਨਹੀਂ ਕਰਨੀ ਅਗਰ ਤਾਰੀਫ ਕਰਾਉਣੀ ਹੈ ਦੌਲਤ ਖਰਚ ਕਰ ਉਹਨੇ ਆਖਿਆ ਬਈ ਜਿਤਨੇ ਪੈਸੇ ਮੈਂਬਰ 'ਤੇ ਰੱਖ ਸਕਦੇ ਹੋ ਉਹ ਰੱਖ ਲਓ ਉਹਨਾਂ ਨਜ਼ਰਾਨਾ ਹੈ ਇਹ ਤੁਸੀਂ ਵਸੂਲ ਕਰਨਾ ਹੈ ਸਰਕਾਰ ਨੇ ਕੋਈ ਗੱਲ ਨਹੀਂ ਕੀਤੀ ਤਕਰੀਰ ਸ਼ੁਰੂ ਹੋ ਗਈ ਇਤਨੇ ਤੱਕ ਮੋਚੀ ਉੱਠਿਆ ਅੱਲਾਹ ਉਸ ਆਖਿਆ ਫਰਜ਼ੰਦੇ ਰਸੂਲ ਤੁਹਾਡਾ ਐਲਾਨ ਸੁਣ ਕੇ ਮੈਂ ਜੁੱਤੀ ਤਿਆਰ ਕੀਤੀ ਮੈਨੂੰ ਅਮਰ ਦਿਓ ਮੈਂ ਚਾਹੁੰਦਾ ਇਸੇ ਤਖਤ 'ਤੇ ਬੈਠੇ ਰਹੋ ਮੈਂ ਆਪਣੇ ਹੱਥਾਂ ਨਾਲ ਤੁਹਾਨੂੰ ਜੁੱਤੀ ਪਵਾਂ ਉਹ ਇੱਕ ਗੰਢੜੀ ਪੈਸਿਆਂ ਦੀ ਤਖਤ 'ਤੇ ਮੋਚੀ ਨੇ ਆ ਕੇ ਸਲਵਾਤ ਪੜ੍ਹ ਕੇ ਫਰਜ਼ੰਦੇ ਰਸੂਲ ਦੇ ਪੈਰ ਚੁੰਮੇ ਜੁੱਤੀ ਪਵਾਈ ਜੁੱਤੀ ਪੂਰੀ ਜੁੱਤੀ ਪਵਾ ਕੇ ਹੱਟਣ ਲੱਗਾ ਰਾਹਵਾਲੀ ਦੇ ਲੋਗੋ ਸੁਬਹਾਨ ਇਮਾਮ ਦੇ ਚਿਹਰੇ 'ਤੇ ਮੁਸਕਰਾਹਟ ਆਈ ਫਰਮਾਇਦੇ ਖਾਲੀ ਨੇ ਵੰਜ ਉਰਿਆ ਆ ਗਿਆ ਫਰਮਾਇਦੇ ਨੇ ਗਰੜੀ ਪੈਸਿਆਂ ਦੀ ਚਾਲ ਹੈ ਜਲਦ ਉਹ ਸਾਰੇ ਘਬਰਾ ਗਏ ਪੈਸੇ ਇਤਨੇ ਨੇ 20 ਰੁਪਏ ਦੀ ਜੁੱਤੀ ਹੈ ਅਸਾਂ ਦਿੱਤੇ ਨੇ ਇਮਾਮ ਨੂੰ ਇਮਾਮ ਫਰਮਾਇਦੇ ਲੈ ਜਾ ਉਹਨਾਂ ਆਖਿਆ ਜਨਾਬ ਇਹ ਬੜੇ ਪੈਸੇ ਨੇ ਉਹਨਾਂ ਆਖਿਆ ਅਸੀਂ ਦੌਲਤ ਨੂੰ ਜੁੱਤੀ ਦੀ ਲੋਕ 'ਤੇ ਲਿਖਦੇ ਅੱਲਾਹ ਤੁਹਾਡੀ ਇਹ ਉਸ ਬਾਦਸ਼ਾਹ ਦਾ ਮੈਂ ਤੁਹਾਨੂੰ ਵਾਕਿਆ ਪਰ ਸੁਣਾਉਣਾ ਜਿਹੜਾ ਦੌਲਤ ਨੂੰ ਜੁੱਤੀ ਦੀ ਲੋਕ 'ਤੇ ਲਿਖਦੇ ਇਸੇ ਹਸਨ ਦਾ ਸਤਿਕਾਰ ਅੱਲਾਹ ਤੁਹਾਨੂੰ ਕਾਇਨਾਤ ਦੀਆਂ ਖੁਸ਼ੀਆਂ ਨਸੀਬ ਕਰੇ ਸਲਵਾਤ ਸਾਰੇ ਪੜ੍ਹੋ ਮੇਰੇ ਮੁਰਸ਼ਦ ਦਾ ਸਾਇਨ ਦਿਆ ਗੁਲ ਖਿਲੇ ਔਰ ਕਲੀਆਂ ਚਟਕਣ ਲਗੀ ਹੁਸਨੇ ਚਮਨ ਕੇ ਲੀਏ ਤੁਸਾਂ ਜੀ ਉਹ ਤੁਹਾਡੇ ਬੱਚੜੇ ਜੀਵਨ ਗੁਲ ਖਿਲੇ ਔਰ ਕਲੀਆਂ ਚਟਕਣ ਲਗੀ ਹੁਸਨੇ ਚਮਨ ਕੇ ਲੀਏ ਗੁਲ ਖਿਲੇ ਔਰ ਕਲੀਆਂ ਚਟਕਣ ਲਗੀ ਹੁਸਨੇ ਗੁਲ ਖਿਲੇ ਔਰ ਕਲੀਆਂ ਚਟਕਣੇ ਲਗੀ ਹੁਸਨੇ ਚਮਨ ਕੇ ਲੀਏ ਗੁਲ ਖਿਲੇ ਔਰ ਕਲੀਆਂ ਚਟਕਣੇ ਲਗੀ ਹੁਸਨੇ ਚਮਨ ਕੇ ਲੀਏ ਸਾਰੀ ਦੁਨੀਆ ਕੋ ਦੁਲਹਨ ਬਣਾ ਤੁਸਾਂ ਜੀ ਉਹ ਤੁਹਾਡੇ ਬੱਚੜੇ ਜੀਵਾਨ ਮੌਲਾ ਹਸਨ ਕੇ ਲੀਏ ਸਾਰੀ ਦੁਨੀਆ ਕੋ ਦੁਲਹਨ ਬਣਾਇਆ ਗਿਆ ਮੌਲਾ ਹਸਨ ਕੇ ਲੀਏ ਸਾਰੀ ਦੁਨੀਆ ਕੋ ਦੁਲਹਨ ਬਣਾਇਆ ਗਿਆ ਮੌਲਾ ਹਸਨ ਕੇ ਲੀਏ ਜ਼ੇਨ ਤਿਆਰ ਹੋਵੇਂ ਆਵਾਜ਼ ਤੋਹੀਦ ਆ ਇਹ ਕਿਹੜੀ ਗੱਲ ਕਹਿ ਰਹਾ ਖੁਦਾ ਬਾ ਖੁਦਾ ਮੰਗ ਲੋ ਕਹਿ ਰਹਾ ਤੁਸਾਂ ਜੀ ਉਹ ਤੁਹਾਡੇ ਬੱਚੜੇ ਜੀਵਾਂ ਜਦੋਂ ਸੱਜਣ ਸੱਜਣਾਂ ਨੂੰ ਮਿਲਦੇ ਨੇ ਤੋਹਫਾ ਦਿੰਦੇ ਨੇ ਮੇਰਾਜ 'ਤੇ ਗਏ ਪੈਗੰਬਰ ਇਸਲਾਮ ਮਾਲਕ ਨੇ ਫਰਮਾਇਆ ਮੇਰਾ ਮਹਿਬੂਬ ਮੈਂ ਤੈਨੂੰ ਤੋਹਫਾ ਦੇਣਾ ਹੈ ਤੂੰ ਇੰਤਜ਼ਾਰ ਕਰੇ ਕਦਾ 15 ਰਮਜ਼ਾਨ ਦੀ ਸਬੋ ਨਮਾਜ਼ ਦੇ ਵਾਦੇ ਕਸੂਰ ਪਿਆ ਤੇ ਮੇਰਾ ਹੈ ਅਜ਼ੀਮ ਮਜਮਾ ਹੈ
آواز توحید آئیے کائنات رسول سبحان مولا امیر نے چاہیا ہے پیغمبر نو اللہ پہ فرمائے دے کیڑی گل اے ہمارے ولی کچھ ہماری سنو مولا حسن کے لیے مولا حسن کے لیے مولا حسن کے لیے اللہ پہ فرمائے دے اے ہمارے ولی کچھ ہماری سنو سجن کے لیے اللہ پر حضور کی دراز کرے اچھی سلوات پڑھ میرے مسلم جنہ حیدر نو مشکل کشا سمجھنا مشکل کشا سمجھنا ہے جنا حیدر نو مشکل کشا سمجھنا ہے جنا حیدر نو مشکل کشا اپنا پیرا سمجھنا ہے جن حیدر نو مشکل کشا سمجھنا ہے اسا انہاں نو اپنا پیرا سمجھنا ہے اچھی سلوات پڑھ میرے جنہ نہیں سمجھنا ممبر محمد تے پیا دا جنا پاکانو اپنے دیا سمجھنا ہے جنا شہیدانو اپنے دیا سمجھنا ہے اسا انانو ہاتھ تو برا سمجھنا ہے مدینے دے چوک ایک بندے امام متقیان تے سوال کیتا یا علی تانو جنت زیادہ پسند ہے یا مسجد آواز آ رہی سارے تانو جنت زیادہ پسند یا مسجد تیرے خوبصورت جواب تو کائنات قربان کرے مولا امیر فرمائیں نے مینو مسجد زیادہ پسند یاری بادشاہ بندے مرد جنت واسطے وجیدے طلب دی نہیں چلو مر کے جنت حاصل کریے ویکھیے تو صحیح تے تسی فرما رہے ہو مینوں مسجد زیادہ پسند اندی وضاحت کرو کوئی سمجھاؤ تو صحیح مولا امیر فرمائے جنت علی دے پتراں دا گھر مسجد میرے خالق دا گھر بس راضیاں تساں انتہا کیتی سنن جن حیدر نو مشکل کشا سمجھنا ہے اسا انہاں نو اپنا بولو 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 برا سمجھنا مولوی چلا کی کرے جائے جو شیعہ علی نو خدا مرے دے نہیں وہ خالق علی مخلوق اور ایسی اعلی مخلوق ہے جدی خلقت تے اللہ ناز کرے جنا حیدر نو مشکل کشا سمجھنا ہے اسا انہاں نو اپنا برا سمجھنا ہے ممبر محمد پہ پیا دا ملا شاہ دے گٹا ون دے چارے نال چنگی گل لئی ملنگا تے فتوے نال والا تو زندگی دڑا
جنا حیدر نو مشکل کشا سمجھنا ہے اساغن نو اپنا دیرا سمجھنا ہے